ਜਬ ਗੁਰ ਉਪਦੇਸ਼ਿਆ ਸੰਗੀ ਹੈ ਤੇਰਾ।
ਸਰ ਜਬ ਕਲ
ਗੱਲ ਉਪਦੇਸ਼ ਦੀ ਹੈ। ਸਤਿਗੁਰੂ ਨੇ ਬਾਣੀ ਅੰਦਰ ਇਸ ਗੱਲ ਨੂੰ ਇੱਕ ਵਾਰ ਨਹੀਂ ਕਈ ਵਾਰ ਦੁਹਰਾ ਦੁਹਰਾ ਕੇ ਫਿਰ ਯਕੀਨ ਦਿਵਾਇਆ ਹੈ। ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੇ ਸੋ ਪਾਰ ਪਰਾਣ ਤੋ। ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਣੇ ਸੋ ਜਾਏ ਸੰਤਾਪ। ਸੁਣ ਉਪਦੇਸ਼ ਹਿਰਦੇ ਬਸਾਓ, ਸੁਣ ਉਪਦੇਸ਼ ਸਤਿਗੁਰ ਕਾ ਉਪਦੇਸ਼ ਸੁਣ ਤੂੰ।
ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਏ ਤੇਰੇ ਨਾਲ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਮਲ ਬਣੇ ਉਪਦੇਸ਼ ਜੋ ਦਿੱਤਾ ਸਤਿਗੁਰੂ ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਬਾਰ ਬਾਰ ਉਪਦੇਸ਼ ਸੁਣਨ ਦੀ ਗੱਲ ਕਹੀ ਹੈ ਕਿਉਂਕਿ ਗੁਰੂ ਦਾ ਉਪਦੇਸ਼ ਹੀ ਜੀਵਨ ਲਈ ਅੰਮ੍ਰਿਤ ਹੈ ਗੁਰੂ ਬਾਣੀ ਵੀ ਚੱਕਦੇ ਨੇ ਗੁਰ ਰਸਨਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਗੁਰ ਰਸਨਾ ਅੰਮ੍ਰਿਤ ਬੋਲਦੀ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆ ਜੀਵਨ ਜਿਉਣਾ ਸਿਖਾਉਂਦਾ ਹੈ ਮੈਂ ਇੱਕ ਵਾਰ ਕੀਤੀ ਸੀ ਜੀਵਨ ਦੇਣ ਦਾ ਮੇਰਾ ਰੱਬ ਹੈ ਪਰ ਹਰ ਕਿਸੇ ਨੂੰ ਜੀਵਨ ਜਿਉਣਾ ਨਹੀਂ ਆਉਂਦਾ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜੀ ਉਪਾਏ ਤਨ ਸਾਜਿਆ ਰੱਖਿਆ ਬੰਤ ਬਣਾਏ ਅੱਖੀਂ ਦੇਖੇ ਜੇਬਾ ਬੋਲੇ ਕੰਨੀ ਸੂਰਤ ਸਮਾਏ ਪੈਰੀਂ ਚੱਲੇ ਹੱਥੀਂ ਕਰਨਾ ਦਿੱਤਾ ਪਹਿਨੇ ਖਾਏ ਸਭ ਕੁਝ ਹੈ ਜੀਵਨ ਦੇ ਦਿੱਤਾ ਹੈ ਪਰ ਜੀਵਨ ਦੀ ਜੁਗਤ ਨਹੀਂ ਆਈ ਉਹ ਜੁਗਤ ਗੁਰੂ ਦਿੰਦਾ ਜੀਵਨ ਰੱਬ ਦਿੰਦਾ ਤੇ ਜਿਉਣਾ ਗੁਰੂ ਸਿਖਾਉਂਦਾ ਤੇ ਜਿਹੜਾ ਕੁਝ ਸਿਖਾਉਂਦਾ ਨਾ ਉਸੇ ਦਾ ਨਾਂ ਉਪਦੇਸ਼ ਹੈ ਹੁਣ ਦੇਖੋ ਇਸੇ ਸ਼ਬਦ ਦੀਆਂ ਪਹਿਲੀਆਂ ਲੈਣਾਂ ਅਖੀਰ ਤੇ ਇਹ ਗੱਲ ਆਖੀ ਭਰਿਆ ਜਿਸ ਤਰ੍ਹਾਂ ਦਾ ਗੁਰੂ ਉਪਦੇਸ਼ ਕਰਦਾ ਹੈ ਉਹਨੂੰ ਸੁਣ ਹਿਰਦੇ ਵਿੱਚ ਵਸਾ ਜੀ ਕੀ ਉਪਦੇਸ਼ ਕਰਦਾ ਹੁਣ ਸ਼ਬਦ ਸ਼ੁਰੂ ਹੋਇਆ ਕਹਿਣ ਲੱਗੇ ਗੁਰੂ ਉਪਦੇਸ਼ ਕਰ ਰਿਹਾ ਹੈ ਹਰ ਜਸ ਰੇ ਮਨ ਗਾਏ ਗੁਰ ਉਪਦੇਸ਼ ਹਰ
जस रे मन गाए ले, जो संगी है तेरो सुन रे भाई। अवसर भी ते हो जात है, समा अवसर और अपने देता है। ਗੁਰੂ ਉਹਦੇ ਵਿੱਚ ਮੁਦਾਖਲਤ ਨਹੀਂ ਕਰਦਾ, ਰੱਬ ਨੇ ਦਿੱਤਾ ਜਿੰਨਾ ਦਿੱਤਾ ਸਮਾਂ, ਉਹਨੂੰ ਸੰਭਾਲਣ ਦੀ, ਉਹਨੂੰ ਲੇਖੇ ਲਾਉਣ ਦੀ ਤਰਕੀਬ ਗੁਰੂ ਦਿੰਦਾ ਹੈ। ਕਹਿੰਦਾ ਅਵਸਰ ਬੀਤੇ ਹੋ ਜਾਤੇ ਹੈ, ਮਾਨ ਲੈ ਮੇਰੋ ਸੁਣ ਰੇ ਭਾਈ, ਮੇਰੀ ਗੱਲ ਸੁਣ ਲੈ ਤੇ ਗੱਲ ਸੁਣ ਕੇ ਮੰਨ ਵੀ ਲਈ। ਕਹੋ ਮਾਨ ਲਓ ਮੇਰੋ, ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਆਖੇ ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਕਿਉਂਕਿ ਗੁਰੂ ਤੇ ਬਾਰ ਬਾਰ ਇਹ ਗੱਲ ਕਿਉਂ ਆਖ ਰਿਹਾ, ਮੇਰੀ ਗੱਲ ਮੰਨ ਲੈ, ਸਮਾਂ ਬੀਤ ਰਿਹਾ, ਸਮਾਂ ਮੈਂ ਤੇਰਾ ਨਹੀਂ ਵਧਾਉਣਾ, ਸਮਾਂ ਉਹਦੇ ਹੱਥ ਵਿੱਚ ਹੈ। ਉਹ ਸੁਰਬੀਤੀ ਉਹ ਜਾਤ ਹੈ, ਪਰ ਮੈਂ ਤੈਨੂੰ ਉਹ ਸਮਾਂ ਲੇਖੇ ਲਾਉਣਾ ਸਿਖਾਉਣਾ ਹੈ, ਉਹ ਸਮਾਂ ਕਿਵੇਂ ਬਿਤਾਉਣਾ ਹੈ। ਇਹ ਗੱਲ ਗੁਰੂ ਕੋਲੋਂ ਸਿੱਖਣੀ ਹੈ, ਇਹ ਉਹਦੇ ਉਪਦੇਸ਼ ਵਿੱਚ। ਸਾਨੂੰ ਉਪਦੇਸ਼ ਸੁਣਨ ਦੀ ਗੱਲ ਬਾਰ ਬਾਰ ਕਿਉਂ ਆਖੀ ਗਈ? ਕਿਉਂਕਿ ਉਹਦੇ ਵਿੱਚ ਸਭ ਤੋਂ ਕੀਮਤੀ ਚੀਜ਼ ਦਾ ਵਰਤਣਾ ਸਿਖਾਇਆ ਗਿਆ, ਕਿਉਂਕਿ ਜੀਵਨ ਸਭ ਤੋਂ ਕੀਮਤੀ ਹੈ, ਜਿਹੜਾ ਮੁੱਲ ਨਹੀਂ ਵਿਕਦਾ ਬੜਾ ਕੀਮਤੀ ਹੈ। ਮਨੁੱਖ ਸਭ ਕੁਝ ਵਾਰ ਦਿੰਦਾ ਜੀਵਨ ਤੋਂ, ਜਦੋਂ ਜੀਵਨ ਜਾਣ ਲੱਗੇ ਨਾ ਉਦੋਂ ਡਾਕਟਰ ਕੋਲੋਂ ਪੁੱਛੋ ਵੀ ਜੀਵਨ ਵਾਲਾ ਕੀ ਕਹਿੰਦਾ, ਉਹ ਕੁਝ ਮਿਲਦਾ ਲੈ ਲੈ, ਮੈਨੂੰ ਕੁਛ ਪਲ ਦਾ, ਕੁਛ ਘੜੀਆਂ ਦਾ, ਕੁਝ ਦਿਨਾਂ ਦਾ ਜੀਵਨ ਹੋਰ ਦੇ ਦੇ, ਜੀਵਨ ਬੜਾ ਕੀਮਤੀ ਹੈ। ਅਤੇ ਗੁਰੂ ਉਪਦੇਸ਼ ਜੀਵਨ ਜਿਉਣਾ ਸਿਖਾਉਂਦਾ ਹੈ, ਕਹਿੰਦਾ ਅਵਸਰ ਬੀਤੇ ਹੋ ਜਾਤ ਹੈ, ਕਹੋ ਮੰਨ ਲਓ ਮੇਰੋ, ਮੇਰੀ ਗੱਲ ਮੰਨ ਲੈ, ਜੋ ਗੁਰੂ ਕਹਿੰਦਾ ਮੰਨ ਲੈ। ਹੁਣ ਅਗਲੇ ਪਾਸੇ ਇੱਕ ਲਫਜ਼ ਹੈ, ਮੈਨੂੰ ਜਿਵੇਂ ਮੈਂ ਅਰਜ਼ ਕੀਤੀ ਸੀ ਸੁਭਾਅ ਹੈ, ਕੁਝ ਅਸੀਂ ਵਿਚਾਰੀਏ, ਉਹ ਹੈ ਸੰਪਤ ਰਥ ਧਨ ਰਾਜ ਸਿਉਂ ਅਤ ਨਿਹੋਂ ਲਗਾਇਓ। ਇੱਕ ਲਫਜ਼ ਗੁਰੂ ਵਿੱਚ ਐਸਾ ਐਡ ਕਰ ਦਿੰਦਾ ਜਿਹਦੇ ਨਾਲ ਸਾਰੇ ਭੇਤ ਖੁੱਲ ਜਾਂਦੇ ਨੇ, ਕੋਈ ਮੁਗਲਤਾ ਨਹੀਂ ਰਹਿੰਦਾ। ਅਤੇ ਜੇ ਉਹ ਇੱਕ ਲਫਜ਼ ਐਡ ਨਾ ਕਰਦਾ ਸਾ ਅਸੀਂ ਕਨਫਿਊਜ਼ ਹੋ ਜਾਂਦੇ।
ਉਸ ਦਿਨ ਵੀ ਇੱਕ ਲਫ਼ਜ਼ ਆਏ ਸਨ ਵੀ ਗੁਰੂ ਨੇ ਇਹ ਗੱਲ ਆਖਣ ਤੋਂ ਬਾਅਦ ਕਿ ਮਾਤ ਪਿਤਾ ਸਤਬੰਧ ਜਾਣ ਹਿਤ ਜਾਸਿਓ ਕੀ ਨਾ ਅਤੇ ਸੋਚਿਆ ਸੀ ਅਤੇ ਅਰਜ਼ ਕੀਤੀ ਸੀ ਭਰਿਓ ਕੀ ਅਸੀਂ ਸੰਸਾਰ ਦੇ ਰਿਸ਼ਤੇ ਛੱਡ ਦੇਈਏ ਪਿਤਾ ਮਾਤ ਪਿਤਾ ਛੱਡ ਦੇਈਏ ਪੁੱਤਰ ਸੰਤਾਨ ਪਰਿਵਾਰ ਛੱਡ ਦੇਈਏ ਨਹੀਂ ਕਹਿਣ ਲੱਗੇ ਨਹੀਂ ਇੱਕ ਗੱਲ ਅਗਲੇ ਪਾਸੇ ਆਖ ਦਿੱਤੀ ਕਹਿਣ ਲੱਗੇ ਇਹਨੂੰ ਯਾਦ ਕਰ ਲੈ ਉਹ ਕੀ ਕਿ ਇਹ ਸੰਸਾਰ ਜਾਏ ਉਹ ਜੀਵਤ ਲਓ ਵਿਵਹਾਰ ਹੈ ਅਗਲੀ ਲਾਈਨ ਵਿੱਚ ਕਹਿ ਦਿੱਤਾ ਛੱਡਣਾ ਸਿਰਫ ਇੱਕ ਗੱਲ 'ਤੇ ਵਿਸ਼ਵਾਸ ਕਰ ਲਏ ਵੀ ਇਹ ਸਾਰਾ ਰਿਸ਼ਤਾ ਇਹ ਸਾਰਾ ਅਡੰਬਰ ਜਿਉਂਦਿਆਂ ਤੱਕ ਹੈ ਮਰਨ ਤੋਂ ਬਾਅਦ ਨਾ ਮਾਤਾ ਨੇ ਜਾਣਾ ਨਾ ਪਿਤਾ ਨੇ ਜਾਣਾ ਨਾ ਪੁੱਤਰਾਂ ਨੇ ਜਾਣਾ ਨਾ ਭਾਈਆਂ ਨੇ ਜਾਣਾ ਕੁਛ ਨਹੀਂ ਜਾਣਾ ਜੀਵਤ ਲੋ ਵਿਵਹਾਰ ਹੈ ਜੱਗ ਕੋ ਤੁਮ ਜਾਣੋ ਹੁਣ ਇਸ ਲਾਈਨ ਨੇ ਸਾਰਾ ਭੇਤ ਖੋਲ੍ਹ ਦਿੱਤਾ ਪਹਿਲੀ ਲਾਈਨ ਦਾ ਅਤੇ ਮਾਤ ਪਿਤਾ ਸਤਬੰਧ ਜਾਣ ਹਿੱਤ ਜਾ ਸਿਓ ਕੀ ਨਾ ਮੈਂ ਛੱਡਣਾ ਨਹੀਂ ਪਰ ਇਹ ਸਮਝਣਾ ਵੀ ਇਹ ਜੀਵਤ ਲੋ ਵਿਵਹਾਰ ਹੈ ਹੁਣ ਅੱਜ ਦੇ ਇਸ ਉਹ ਪਿਛਲਾ ਵਾਰ ਦਾ ਸ਼ਬਦ ਸੀ ਇਸ ਵਾਰ ਦੇ ਸ਼ਬਦ ਵਿੱਚ ਵੀ ਇੱਕ ਲਫ਼ਜ਼ ਪਾ ਦਿੱਤਾ ਉਹਨੇ ਸਾਰਾ ਭਰਮ ਦੂਰ ਕਰ ਦਿੱਤਾ ਉਹ ਲਫ਼ਜ਼ ਕੀ ਸੀ ਸੰਪਤ ਰੱਥ ਧਨ ਰਾਜ ਸਿਓ ਅਤਨੇ ਹੋ ਲਗਾਇਓ ਸੰਪਦਾ ਦੌਲਤ ਧਨ ਕਿ ਇਹਦੀ ਲੋੜ ਨਹੀਂ ਸਿੱਖ ਨੂੰ ਅਸਥਾਨੇ ਵੀ ਨਹੀਂ ਬਣ ਜਾਂਦੇ ਲੰਗਰ ਐਵੇਂ ਨਹੀਂ ਚੱਲ ਜਾਂਦੇ ਧਨ ਦੀ ਲੋੜ ਕੋਈ ਨਹੀਂ ਜੇ ਲੋੜ ਕੋਈ ਨਾ ਹੋਵੇ ਤਾਂ ਗੁਰੂ ਇਹ ਕਿਉਂ ਆਖਦਾ ਜਿਸ ਤੂੰ ਆਵੇਂ ਚਿੱਤ ਬਹੁਤਾ ਕਿਸੇ ਧਨ ਜਿਹੜਾ ਤੈਨੂੰ ਚਿੱਤ ਕਰ ਚੇਤੇ ਕਰਦਾ ਹੈ ਨਾ ਉਹਨੂੰ ਬਹੁਤਾ ਧਨ ਮਿਲਦਾ ਹੈ ਲਕਸ਼ਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ ਮੈਨੂੰ ਸੁਭਾਅ ਜੋ ਅਸੀਂ ਕੰਪੇਅਰ ਕਰਾਂਗੇ ਬਾਣੀ ਵਿੱਚੋਂ ਹੀ ਕੋਈ ਚੀਜ਼ਾਂ ਦੇ ਭੇਤ ਖੁੱਲ੍ਹਣਗੇ ਧਨ ਦੀ ਲੋੜ ਨਹੀਂ ਅਤੇ ਰਾਜ ਦੀ ਵੀ ਲੋੜ ਨਹੀਂ ਰਾਜ ਲਈ ਇੰਨੀਆਂ ਕੁਰਬਾਨੀਆਂ ਹੋ ਰਹੀਆਂ ਨੇ ਰਾਜ ਲਈ ਇੰਨੇ ਸੰਘਰਸ਼ ਹੋ ਰਹੇ ਨੇ ਬਲਕਿ ਰੱਬ ਨੂੰ ਵੀ ਇਹ ਆਖਿਆ ਗਿਆ ਉਹ ਤੂੰ ਇੰਨਾ ਵੱਡਾ ਆਪਣਾ ਰਾਜ ਕਾਇਮ ਕੀਤਾ ਤੇਰੇ ਮੁਕਾਬਲੇ ਦਾ ਕੋਈ ਹੋਰ ਰਾਜਾ ਹੈ ਹੀ ਨਹੀਂ ਤੂੰ ਰਾਜਾ ਹੈ ਰਾਜੋ ਤਾਂ ਤੇਰਾ ਸਦਾ ਨੇਚਰ ਉਹ ਕਤੇ ਨਾ ਜਾਵੇ ਤੂੰ ਵੀ ਰਾਜਾ ਹੈ ਅਤੇ ਜੇ ਉਹ ਰਾਜਾ ਹੈ ਸਾਨੂੰ ਰਾਜ ਤੋਂ ਕਿਉਂ ਰੋਕਦਾ ਹੈ ਕਿਉਂਕਿ ਹਰ ਗੱਲ ਦੇ ਪਿੱਛੇ ਰਾਜ ਸਮਝਦਾ ਹੈ ਇੱਥੇ ਲਫ਼ਜ਼ ਨੇ ਸੰਪਤ ਰੱਥ ਧਨ ਰਾਜ ਸਿਓ ਅਗਲੇ ਪਾਸੇ ਜਿਹੜਾ ਇੱਕ ਲਫ਼ਜ਼ ਪਾ ਦਿੱਤਾ ਹੈ ਨਾ
ਉਹਨੇ ਸਾਰਾ ਭੇਤ ਖੋਲ ਦਿੱਤਾ। ਉਹ ਹੈ ਅੱਤ। ਅੱਤ ਕਹਿੰਦੇ ਨੇ ਅਖੀਰ ਨੂੰ, ਅੱਤ ਚੁੱਕ ਲਏ ਬਸ, ਹੁਣ ਤੇ ਅੱਤ ਹੋ ਗਈ, ਅਖੀਰ ਹੋ ਗਈ, ਜਿਹਦੇ ਤੋਂ ਬਾਅਦ ਹੋਰ ਕੁਝ ਨਾ ਹੋਵੇ। ਕਹਿਣ ਲੱਗੇ ਮੈਨੂੰ ਕੋਈ ਦੁੱਖ ਨਹੀਂ ਕਿ ਤੇਰੇ ਕੋਲ ਧਨ ਨਾ ਹੋਵੇ, ਮੈਨੂੰ ਕੋਈ ਦੁੱਖ ਨਹੀਂ ਕਿ ਤੇਰੇ ਕੋਲ ਰਾਜ ਨਾ ਹੋਵੇ, ਰਾਜ ਭਾਗ ਵੀ ਹੋਵੇ ਧਨ ਵੀ ਹੋਵੇ, ਪਰ ਉਹਦੇ ਨਾਲ ਤੇਰਾ ਨਿਉ ਅੱਤ ਨਾ ਹੋਵੇ, ਅਖੀਰ ਨਾ ਹੋਵੇ ਵੀ ਹੁਣ ਰਾਜ ਅਤੇ ਧਨ ਤੋਂ ਅੱਗੇ ਹੋਰ ਕੁਝ ਨਹੀਂ, ਅੱਗੇ ਵੀ ਕੁਝ ਆਇਆ, ਅਖੀਰ ਨਾ ਹੋਵੇ। ਆਹ ਲਫ਼ਜ਼ ਅੱਤ ਨੇ ਸਾਰਾ ਭੇਤ ਖੋਲ ਦਿੱਤਾ। ਕਹਿਣ ਲੱਗੇ ਹੋਵੇ ਪਰ ਤੇਰਾ ਉਹਦੇ ਨਾਲ ਸੰਬੰਧ ਅੱਤ ਦਾ ਨਾ ਹੋਵੇ, ਤੂੰ ਰਾਜ ਲਈ ਗੁਰੂ ਵੀ ਛੱਡ ਦੇਣਾ। ਰਾਜ ਦੀ ਚੇਅਰ ਕੁਰਸੀ ਮਿਨਿਸਟਰੀ ਮਿਲਦੀ ਹੋਵੇ, ਗੁਰੂ ਕੀ? ਅੱਜ ਆਪਣੀ ਚੁਗਿਰ ਦੇ ਝਾਤ ਮਾਰੀਏ ਧਨ ਲਈ। ਮਨੁੱਖ ਆਪਣਾ ਵਿਸ਼ਵਾਸ, ਆਪਣਾ ਧਰਮ ਛੱਡ ਦਿੰਦਾ, ਗੁਰੂ ਉਪਦੇਸ਼ ਛੱਡ ਦਿੰਦਾ, ਗੁਰੂ ਸਿਧਾਂਤ ਛੱਡ ਦਿੰਦਾ, ਰਾਜ ਸਿੰਘਾਸਣ ਲਈ, ਰਾਜ ਦੀ ਚੇਅਰ ਕੁਰਸੀ ਲਈ ਦਿਨ ਰਾਤ ਇੱਕ ਕਰ ਰਿਹਾ, ਸਾਰੇ ਅਕੀਦੇ ਸਾਰੇ ਵਿਸ਼ਵਾਸ ਵੇਚ ਦਿੰਦਾ ਹੈ ਉੱਥੇ ਆ ਕੇ ਜਿੱਥੇ ਰਾਜ ਦੀ ਕੁਰਸੀ ਦਾ ਮਸਲਾ ਹੋਵੇ। ਬਸ ਅੱਗੇ ਕੁਝ ਹੈ ਹੀ ਨਹੀਂ, ਉਹ ਕਹਿੰਦਾ ਇਸ ਤੋਂ ਅੱਗੇ ਕੁਝ ਨਹੀਂ, ਪਰ ਗੁਰੂ ਕਹਿੰਦੇ ਨਹੀਂ, ਅੱਤ ਨਹੀਂ ਕਰਨੀ, ਤੇਰੇ ਕੋਲ ਧਨ ਵੀ ਹੋਵੇ, ਤੇਰੇ ਕੋਲ ਰਾਜ ਵੀ ਹੋਵੇ, ਪਰ ਅੱਤ ਨਾ ਹੋਵੇ ਵੀ ਇਹਦੇ ਤੋਂ ਅੱਗੇ ਹੋਰ ਕੁਝ ਨਹੀਂ, ਨਹੀਂ ਅੱਗੇ ਕੁਝ ਹੋਰ ਹੈ ਜੀ, ਕੀ ਹੈ? ਗੁਰੂ ਕਹਿਣ ਲੱਗੇ ਰਾਜ ਨਾ ਚਾਹੋ, ਰਾਜ ਨਾ ਚਾਹੋ, ਮੁਕਤਿ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਤੇਰੇ ਚਰਨਾਂ ਨਾਲ ਜਿਹੜੀ ਮੇਰੀ ਪ੍ਰੀਤ ਹੈ, ਜਿਹੜਾ ਨਿਉ ਹੈ, ਉਹ ਇਹਨਾਂ ਰਾਜ ਅਤੇ ਇਹਨਾਂ ਸਿੰਘਾਸਨਾਂ ਅਤੇ ਇਸ ਦੌਲਤ ਤੋਂ ਜ਼ਿਆਦਾ ਕੀਮਤੀ ਹੈ, ਅੱਗੇ ਵੀ ਕੁਝ ਹੈ। ਲਓ ਇੱਥੇ ਮੈਂ ਖਲੋ ਗਿਆ, ਮੈਂ ਕਿਉਂ ਅੱਤ ਦਾ ਲਫ਼ਜ਼ ਤਾਂ ਆ ਗਿਆ ਜਿਹਨੇ ਭੇਤ ਖੋਲ ਦਿੱਤਾ। ਕਹਿਣ ਲੱਗੇ ਇਹ ਨਹੀਂ ਕਿ ਧਨ ਤਿਆਗਣਾ ਹੈ, ਇਹ ਨਹੀਂ ਕਿ ਰਾਜ ਦੀ ਲੋੜ ਨਹੀਂ, ਰਾਜ ਚਾਹੀਦਾ ਹੈ, ਪਰ ਇੱਕ ਖਿਆਲ ਕਰੀ ਇਹਨਾਂ ਚੀਜ਼ਾਂ 'ਤੇ ਪ੍ਰਭਾਵ ਥੱਲੇ ਆ ਕੇ ਮਨਪ੍ਰੀਤ ਚਰਨ ਕਮਲਾਰੇ ਨਾ ਛੱਡ ਦੇਈਂ, ਫਿਰ ਨਹੀਂ ਤਾਂ ਅੱਤ ਨਹੀਂ ਉਹ ਲਗਾਇਆ ਉਹ ਹੋ ਜਾਏਗਾ, ਅਤੇ ਜਦੋਂ ਅੱਤ ਨਹੀਂ ਉਹ ਲਗਾਇਆ ਉਹ ਹੋਵੇ ਨਾ, ਉਦੋਂ ਇੱਕ ਗੱਲ ਯਾਦ ਰੱਖੀ ਕਿ ਜਦੋਂ ਉਹ ਦਿਨ ਨੇੜੇ ਆਇਆ ਨਾ, ਉਦੋਂ ਨਾ ਧਨ ਨੇ ਨਾਲ ਜਾਣਾ ਹੈ, ਨਾ ਰਾਜ ਨੇ ਨਾਲ ਜਾਣਾ। ਸੰਸਾਰ ਅੰਦਰ ਰਾਜ ਸਿੰਘਾਸਨ ਜਿੱਥੇ ਜਿਹੜੇ ਅੱਜ ਨੇ ਉਹ ਪਹਿਲਾਂ ਵੀ ਸਨ, ਪਰ ਰਾਜ ਸਿੰਘਾਸਨ ਬਣੇ ਰਹਿ ਗਏ, ਰਾਜੇ ਚਲੇ ਗਏ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਨ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰੀ ਤੇ ਇੱਕ ਖਿਣੇ,
ਦਰਬ ਦੇ ਦੌਲਤ ਦੇ ਭਰੇ ਹੋਏ ਭੰਡਾਰ ਮਿੰਟਾਂ ਵਿੱਚ ਖਾਲੀ ਹੋ ਗਏ। ਦੱਸੋ ਕਿਹੜਾ ਨਾਲ ਲੈ ਕੇ ਗਿਆ? ਅਗਲੇ ਪਾਸੇ ਇੱਕ ਲਫ਼ਜ਼ ਕਹਿ ਰਿਹਾ, ਉਹ ਇਹ ਕਿ ਜਾਣ ਬੂਝ ਕੇ ਬਾਬਰੇ ਤੇ ਕਾਜ ਵਿਗਾਰਿਓ। ਤੇਰੇ ਸਾਹਮਣੇ ਜਾਣ, ਤੂੰ ਇਹ ਤਾਂ ਹੈ ਨਹੀਂ ਵੀ ਜਾਣਦਾ ਨਹੀਂ, ਕਿੱਥੇ ਤੇਰੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਜਿਹੜੇ ਮਹੱਲਾ ਵਿੱਚ ਤੂੰ ਬੈਠਾ ਹੈ ਕਦੀ ਉਹ ਵੀ ਇੱਥੇ ਬੈਠੇ ਸਨ। ਜੇ ਉਹ ਨਹੀਂ ਅੱਜ ਬੈਠੇ ਰਹਿ ਗਏ ਫਰੀਦਾ, ਮਹਿਲ ਨਿਸੱਖਣ ਰਹਿ ਗਏ ਫਰੀਦਾ, ਮੰਡਪ ਵਾਲੀਆਂ ਉਹ ਸਾਰੇ ਦੇ ਵਹੀ ਗਏ। ਜੇ ਉਹ ਨਹੀਂ ਰਹੇ ਤਾਂ ਫਿਰ ਤੂੰ ਆਪਣੇ ਆਪ 'ਤੇ ਭਰੋਸਾ ਕਰਕੇ ਕਿਵੇਂ ਬੈਠਾ ਹੈ? ਬਸ ਆਹ ਗੱਲ ਮੈਂ ਨਾਲ ਸਮਝਾਉਣਾ। ਗੁਰੂ ਕਹਿੰਦਾ ਮੈਂ ਤੈਨੂੰ ਉਪਦੇਸ਼ ਵਿੱਚ ਆਹ ਗੱਲ ਸਮਝਾਉਣਾ ਚਾਹੁੰਦਾ, ਤੂੰ ਮਹੱਲਾ ਵਿੱਚ ਰਹੇ, ਤੂੰ ਰਾਜ ਭਾਗ ਆਪ ਤੇਰੇ ਕੋਲ ਹੋਵੇ, ਦੌਲਤ ਦੇ ਅੰਬਾਰ ਹੋਣ, ਪਰ ਤੈਨੂੰ ਇਹ ਪਤਾ ਹੋਵੇ ਕਿ ਜੀਵਿਤ ਲੋ ਵਿਵਹਾਰ ਹੈ। ਸੰਸਾਰ ਦੀਆਂ ਇਹ ਸਾਰੀਆਂ ਚੀਜ਼ਾਂ ਜਿਉਂਦੀਆਂ ਦਿੰਦੀਆਂ, ਇਸ ਲਈ ਮੈਂ ਤੈਨੂੰ ਜਿਉਣਾ ਸਿਖਾਉਣਾ ਚਾਹੁੰਦਾ। ਉਹ ਇਹ ਜਿਉਣਾ ਆਵੇਗਾ ਤਾਂ ਜੇ ਗੁਰੂ ਦਾ ਉਪਦੇਸ਼ ਮੰਨੇਗਾ, ਕਿਉਂਕਿ ਉਪਦੇਸ਼ ਤਾਂ ਜਿਉਣਾ ਹੀ ਸਿਖਾ ਰਿਹਾ ਹੈ। ਇਸ ਲਈ ਇੱਕ ਲਫ਼ਜ਼ ਆ ਗਿਆ, ਜੈ ਵਿਦ ਗੁਰ ਉਪਦੇਸ਼ਿਆ, ਜੈ ਵਿਦ ਗੁਰ ਉਪਦੇਸ਼ਿਆ, ਸੋ ਸੁਣ ਰੇ ਭਾਈ। ਉਪਦੇਸ਼ ਸੁਣ, ਉਪਦੇਸ਼ ਅੱਗੇ ਸਿਰ ਝੁਕਾ। ਜਿਹੜਾ ਸਿਰ ਸੌਂਪਣ ਦੀ ਗੱਲ ਆਈ ਸੀ ਨਾ, ਮੈਂ ਫਿਰ ਦੁਬਾਰਾ ਦੁਹਰਾ ਦਿਆਂ ਉਸ ਗੱਲ ਨੂੰ, ਇਹ ਸਾਡੇ ਇਤਿਹਾਸਾਂ ਵਿੱਚ ਸਾਖੀਆਂ ਵਿੱਚ ਵੀ ਪਾ ਦਿੱਤਾ ਗਿਆ। ਗੁਰੂ ਨੇ ਬਾਣੀ ਅੰਦਰ ਹਰ ਗੱਲ ਨੂੰ ਖੋਲ੍ਹਿਆ, ਇੱਕ ਲਫ਼ਜ਼ ਨੇ ਗੁਰਬਾਣੀ ਦੇ, ਇੱਕ ਲਾਈਨ ਹੈ, ਨਾਨਕ ਨਾਨਕ ਸੇਵਕ ਸੋਈ ਆਖੀਐ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ। ਜਿਹੜਾ ਸਿਰ ਉਤਾਰ ਕੇ ਅੱਗੇ ਰੱਖ ਦੇਵੇ, ਇੱਕ ਥਾਂ 'ਤੇ ਨਹੀਂ ਬਾਣੀ 'ਚ ਬਹੁਤ ਥਾਂ 'ਤੇ, ਪੂਰਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ, ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹੋ ਸਿਰ ਅਰਪੀ ਤਿਸ ਮੀਤ ਪਿਆਰੇ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ। ਸਿਰ ਉਤਾਰ ਕੇ ਧਰ ਦੇਵੇ, ਅਸੀਂ
ਬੜੇ ਮਗਲਤੇ 'ਚ ਫਸਾ ਦਿੱਤੇ ਗਏ। ਬ੍ਰਾਹਮਣਿਜ਼ਮ ਕਈ ਰੰਗਾਂ ਵਿੱਚ ਸਾਡੇ ਵਿੱਚ ਪ੍ਰਵੇਸ਼ ਕਰਕੇ ਹੈ, ਕਿਉਂਕਿ ਬ੍ਰਾਹਮਣਿਜ਼ਮ ਨੇ ਸਾਰਾ ਕੁਝ ਧਰਮ ਦਾ ਆਪਣੇ ਸਰੀਰ 'ਤੇ ਰੱਖ ਲਿਆ ਸੀ। ਉਹਨੂੰ ਸਰੀਰ ਤੋਂ ਅੱਗੇ ਕੁਝ ਰੱਬ ਵੀ ਉਹਨੇ ਸਰੀਰ ਵਾਲਾ ਬਣਾ ਦਿੱਤਾ, ਕਿਉਂਕਿ ਜਿੰਨੇ ਉਹਦੇ ਭਗਵਾਨ ਨੇ ਸਾਰੇ ਸਰੀਰ ਵਾਲੇ ਨੇ, ਉਹਨੇ ਸਾਰਾ ਕੁਝ ਸਰੀਰ 'ਤੇ ਲੈ ਆਉਂਦਾ। ਤੀਰਥਾਂ 'ਤੇ ਨਾਓ ਸਰੀਰ ਕਰਕੇ, ਵਰਤ ਰੱਖੋ ਸਰੀਰ ਦੇ ਭੋਜਨ ਦਾ, ਸਭ ਕੁਝ ਸਰੀਰ 'ਤੇ ਲੈ ਆਉਂਦਾ। ਗਲ ਵਿੱਚ ਮਾਲਾਂ ਪਾਓ, ਮੱਥੇ 'ਤੇ ਤਿਲਕ ਲਾਓ। ਗੁਰੂ ਨੇ ਵੀ ਆਖਿਆ, ਗਲ ਮਾਲਾਂ ਤਿਲਕ ਲਾਲ ਟੰਗ ਦੁਇ ਧੋਤੀ ਬਸਤਰ ਕਪਾਟੰਗ ਜੈ ਜਾਣਿਸ ਬਰਮੰ ਕਰਮੰ ਸਭ ਫੋਕਟ, ਕਿਉਂਕਿ ਸਰੀਰ ਕਰਕੇ ਹੈ। ਉਪਦੇਓ ਬਾਣੀ ਵਿਚਾਰੀਏ, ਸਭ ਫੋਕਟ ਪਰ ਬਦਕਿਸਮਤੀ 90% ਬ੍ਰਾਹਮਣਿਜ਼ਮ ਅੱਜ ਸਾਡੇ ਵਿੱਚ ਵਰਤ ਰਿਹਾ। ਅਸੀਂ ਵੀ ਸਭ ਕੁਝ ਸਰੀਰ 'ਤੇ ਲੈ ਆਉਂਦਾ ਹੈ। ਐਸੀਆਂ ਐਸੀਆਂ ਸਾਖੀਆਂ ਘੜ ਦਿੱਤੀਆਂ ਜਿਨ੍ਹਾਂ ਦਾ ਕਨਫਿਊਜ਼ਨ ਅੱਜ ਤੱਕ ਸਾਡੇ ਕੋਲੋਂ ਨਹੀਂ ਨਿਕਲ ਸਕਿਆ। ਪੰਜਾਂ ਪਿਆਰਿਆਂ ਕੋਲੋਂ ਸੀਸ ਮੰਗੇ ਜੀ, ਉਹਨਾਂ ਨੇ ਸੀਸ ਦਿੱਤੇ। ਹੁਣ ਮੁਸ਼ਕਲ ਸਾਡੇ ਲਈ ਇਹ ਬਣ ਗਈ ਕਿ ਉਹ ਸੀਸ ਲੈਂਦੇ ਅਤੇ ਲੱਗਦੇ ਅਸੀਂ ਜਸਟੀਫਾਈ ਨਾ ਕਰ ਸਕੇ। ਫਿਰ ਅਸੀਂ ਨਾਲ ਇਹ ਵੀ ਕਹਿਣਾ ਸ਼ੁਰੂ ਕਰਤਾ, ਬੱਕਰੀ ਝਟਕਾਏ। ਸਾਖੀਆਂ ਵਿੱਚ ਅਸੀਂ ਸਾਡੇ ਸੁਣਾਉਣ ਵਾਲੇ ਇਹ ਵੀ ਕਹਿੰਦੇ ਨੇ, ਕੁਛ ਲੋਕ ਕਹਿੰਦੇ ਨੇ ਬੱਕਰੇ ਝਟਕਾਏ। ਹੁਣ ਬੱਕਰੇ ਝਟਕਾਏ ਜਾਂ ਸਿਰ ਝਟਕਾਏ, ਇਹਨਾਂ ਦਾ ਫੈਸਲਾ ਫਿਰ ਬੜਾ ਸਾਡਾ ਲਈ ਮੁਸ਼ਕਲ ਹੋ ਗਿਆ। ਅਸੀਂ ਇੱਕ ਹੋਰ ਨੰਬਰ ਰਚਿਆ, ਉਹ ਇੱਕ ਕਨਾਤ ਲਾ ਦਿੱਤੀ। ਹੁਣ ਅੰਦਰ ਭਾਵੇਂ ਬੱਕਰੇ ਝਟਕਾਏ ਭਾਵੇਂ ਸਿਰ ਝਟਕਾਏ, ਪਤਾ ਹੀ ਨਹੀਂ ਲੱਗਣਾ ਕਿਉਂਕਿ ਕਨਾਤ ਲਾ ਦਿੱਤੀ। ਇਹ ਸਾਰਾ ਕੁਝ ਪਰਦੇ ਕਰਨ ਵਾਲਾ ਹਮੇਸ਼ਾ ਧੋਖੇ ਵਿੱਚ ਆਉਂਦੇ। ਜਿੰਨੇ ਧੋਖਾ ਕਰਨਾ ਹੁੰਦਾ ਉਹਨੂੰ ਪਰਦੇ ਦੀ ਲੋੜ ਹੈ। ਸੱਚ ਨਾ ਛਪੇ ਜੇ ਕੋ ਰੱਖੇ ਛਪਾਏ, ਗੁਰੂ ਪੜਦੇ ਲਾਉਂਦਾ। ਹੋ ਦਿਆਲ ਗੁਰ ਲਾਏ ਹੋ ਪਾਰ ਦੋ, ਮੇਰੇ ਲਾਲ ਮਨ ਹਰੀਆ। ਪਰ ਅਸੀਂ ਗੁਰੂ 'ਤੇ ਵੀ ਪੜਦੇ ਪਾਏ, ਕਿਉਂ ਪਾਏ? ਕਿਉਂਕਿ ਗੁਰੂ ਦੇ ਨਾਮ 'ਤੇ ਧੋਖੇ ਕਰਨੇ ਸਨ। ਅਸੀਂ ਇਤਿਹਾਸ ਸਾਖੀਆਂ ਉਹ ਜਿਹੀਆਂ ਘੱਟ ਲਈਆਂ ਜਿਹੜੀਆਂ ਬ੍ਰਾਹਮਣਿਜ਼ਮ ਦੇ ਗੱਲ ਨੂੰ ਪੂਰਾ ਕਰਦੀਆਂ ਸਨ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਆਪਣੀ ਰਸਾਂ ਤੋਂ ਆਖਿਆ, ਕਹਿਣ ਲੱਗੇ ਗੁਰੂ ਨੇ ਸੀਸ ਮੰਗਿਆ ਅਤੇ ਸਿੱਖਾਂ ਨੇ ਸਰੀਰ ਸੀਸ ਦਿੱਤਾ, ਪਰ ਉਹ ਦਿੱਤਾ ਕੀ? ਸਪਸ਼ਟ ਕਰ ਦਿੱਤਾ ਬਾਣੀ ਵਿੱਚ ਅਤੇ ਕਹਿਣ ਲੱਗੇ, ਪੂਰਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ। ਸਿਰ ਭੇਟ ਕਰੀਏ, ਸੀਸ ਭੇਟ ਕਰੀਏ, ਪਰ ਉਹ ਸੀਸ ਭੇਟ ਕਿਵੇਂ ਹੁੰਦਾ? ਵਿੱਚੋਂ ਆਪ ਜਾਏ। ਬੜਾ ਸਪਸ਼ਟ ਕਰ, ਕਹਿਣ ਲੱਗੇ ਆਪਣਾ ਆਪ ਛੱਡੇ, ਆਪਣੀ ਮਤ ਛੱਡਣੀ ਹੈ। ਮਨ ਕੀ ਮਤ ਤਿਆਗੋ ਹਲ ਜਾਣ ਹੁਕਮ ਬੂਝ ਸੁਖ ਪਾਈਆ ਰਹੇ। ਆਪਣੀ ਮਤ ਛੱਡਣੀ ਹੈ। ਗੁਰੂ ਨੇ ਆਖਿਆ
ਆਪਣੀ ਮੱਤ ਛੱਡ, ਮੈਂ ਤੈਨੂੰ ਆਪਣੀ ਮੱਤ ਦਿਆਂ। ਬਾਬਾ ਕਬੀਰ ਜੀ ਦਾ ਇੱਕ ਲਫ਼ਜ਼ ਕਿਉਂ ਆਇਆ ਸੀ, ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਇਹ ਸੀ ਪ੍ਰਾਪਤੀ, ਇਹ ਸੀ ਪੰਜਾਂ ਪਿਆਰਿਆਂ ਦਾ ਇਤਿਹਾਸ। ਗੁਰੂ ਨੇ ਬਾਣੀ ਅੰਦਰ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਪਸ਼ਟ ਕੀਤਾ ਅਤੇ ਕਹਿਣ ਲੱਗੇ ਮਰਨਾ ਅਤੇ ਜਿਉਣਾ ਕੀ ਹੈ, ਸ਼ਬਦ ਮਾਰੋ ਸ਼ਬਦ ਮਾਰੋ ਫਿਰ ਜੀਵੋ ਸਦੀ ਤਾਂ ਫਿਰ ਮਰਨ ਨਾ ਹੋਈ। ਗੁਰਬਾਣੀ ਭਲਿਆ, ਗੁਰਬਾਣੀ ਤਾਂ ਕੋਈ ਧੋਖਾ ਕੋਈ ਭੁਲੇਖਾ ਛੱਡਦੀ ਨਹੀਂ, ਪਰ ਅਸੀਂ ਬ੍ਰਾਹਮਣਿਜ਼ਮ ਦੇ ਮਗਰ ਲੱਗ ਕੇ ਆਪਣੇ ਇਤਿਹਾਸ ਨੂੰ ਵੀ ਵਿਗਾੜ ਲਿਆ। ਜੇ ਅਸੀਂ ਬਾਹਰ ਨਿਕਲਦੇ ਤਾਂ ਆਖਦੇ ਗੁਰੂ ਨੇ ਪੰਜਾਂ ਕੋਲੋਂ ਆਖਿਆ ਆਪਣੀ ਮੱਤ ਛੱਡੋ, ਅਤੇ ਜਿਹੜੀ ਮੱਤ ਛੱਡਣੀ ਹੈ ਕਿਉਂਕਿ ਉਹ ਮੱਤ ਸਿਰ ਵਿੱਚ ਹੁੰਦੀ ਹੈ। ਮੈਂ ਇੱਕ ਵਾਰ ਕੀਤੀ ਸੀ, ਜਦੋਂ ਸਿੱਖ ਮੱਥਾ ਟੇਕਦਾ ਨਾ, ਮੱਥਾ ਟੇਕਣ ਦਾ ਮਤਲਬ ਹੀ ਉਹੀ ਹੈ, ਮੈਂ ਸਿਰ ਤੇਰੇ ਅਰਪਣ ਕਰਨਾ, ਇਹਦੇ ਵਿੱਚ ਮੱਤ ਹੈ, ਮੱਤ ਬਦਲਦੇ ਮੱਥਾ ਟੇਕਣਾ ਕੀ ਹੈ। ਗੁਰੂ ਨੇ ਵੀ ਇਹੋ ਗੱਲ ਆਖੀ, ਸਤਿਗੁਰੂ ਨੇ ਵੀ ਬਾਣੀ ਵਿੱਚ ਇਹੋ ਗੱਲ ਆਖੀ। ਕਹਿਣ ਲੱਗੇ ਪੜ੍ਹਿਆ ਮੈਂ ਨਿਸ਼ਾਨੀ ਦੱਸਣਾ ਕਿ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ, ਅਤੇ ਉਹ ਉਤਾਰ ਕੀ ਸੀ, ਸਤਿਗੁਰ ਕਾ ਭਾਣਾ ਮੰਨ ਲਏ। ਅਗਲੀ ਲਾਈਨ ਪੜ੍ਹੋ, ਜੋ ਗੁਰੂ ਨੂੰ ਚੰਗਾ ਲੱਗਦਾ ਬਸ ਉਹ ਉਪਦੇਸ਼ ਮੰਨ ਲਵੇ। ਸ਼ਬਦ ਰੱਖੇ ਉਰਧਾਰ, ਗੁਰਬਾਣੀ ਹਰ ਗੱਲ ਸਪਸ਼ਟ ਕਰਦੀ। ਗੁਰੂ ਕਹਿੰਦੇ ਨੇ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਰਧਾਰ। ਅਤੇ ਜੇ ਅਸੀਂ ਸ਼ਬਦ ਉਰਧਾਰ ਭਾਵ ਗੁਰੂ ਦੀ ਬਾਣੀ ਗੁਰੂ ਦੇ ਹੁਕਮ ਦੇ ਸਾਹਮਣੇ ਆਪਣੀ ਮੱਤ ਛੱਡ ਦੇਈਏ, ਆਪਣੀ ਸੋਚ ਸਮਰਪਣ ਕਰ ਦੇਈਏ, ਜੀ ਮੇਰੀ ਮੱਤ ਅੱਜ ਤੋਂ ਤੇਰੇ ਸਮਰਪਣ ਹੈ, ਤੂੰ ਆਪਣੀ ਮੱਤ ਮੈਨੂੰ ਦੇ ਦੇ, ਗੁਰ ਕੀ ਮੱਤ ਤੂੰ ਲੈ ਇਹ ਆਣੇ, ਭਗਤ ਬਿਨਾਂ ਬੋਨੋ ਡੁੱਬੇ ਸਿਆਣੇ। ਇਹੋ ਗੱਲ ਅੱਜ ਦੇ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖੀ, ਅਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਸੁਖਮਣੀ ਸਾਹਿਬ ਵਿੱਚ ਆਖ ਦਿੱਤੀ। ਇਹ ਪੜ੍ਹਿਆ ਉਸਦਾ ਉਪਦੇਸ਼ ਸੁਣ ਕੇ ਕਮਾਹ, ਸੁਣ ਉਪਦੇਸ਼ ਹਿਰਦੇ ਵਸਾਵੋ, ਫਿਰ ਕੀ ਹੋਏਗਾ, ਮਨ ਇੱਛੇ ਸਗਲੇ ਫਲ ਪਾਵੋ, ਹਲਤ ਪਲਤ ਦੇ ਲਿਓ ਸਵਾਰ, ਲੋਕ ਤੇ ਪਰਲੋਕ ਸਵਾਰੇ ਜਾਣਗੇ ਜਿਸ ਦਿਨ ਤੂੰ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਹਿਰਦੇ ਵਿੱਚ ਟਿਕਾ ਲਏਗਾ। ਫਿਰ ਸਿੱਖ ਨਹੀਂ ਟਿਕਾ ਰਿਹਾ, ਕਹਾਣੀਆਂ ਘੜ ਰਿਹਾ, ਹੈ ਇਹ ਨਹੀਂ ਟਿਕਾ ਰਿਹਾ। ਹੁਣ ਆਪਾਂ ਸਵੇਰੇ ਕੱਲ੍ਹ ਦੇ ਦੀਵਾਨ ਵਿੱਚ ਇਹ ਵੀ ਵਿਚਾਰਾਂਗੇ ਵੀ ਕਿਉਂ ਨਹੀਂ ਟਿਕਾ ਰਿਹਾ, ਕਿਉਂ ਨਹੀਂ ਉਪਦੇਸ਼ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਰਿਹਾ। ਹਾਲਾਂਕਿ
ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੀ ਰਸਨਾ ਤੋਂ ਇਹ ਫੈਸਲਾ ਦੇ ਕੇ ਸਮਝਾਉਂਦੇ ਨੇ ਅਤੇ ਕਹਿੰਦੇ ਨੇ ਜੈ ਬਿਦ ਗੁਰ ਉਪਦੇਸ਼ ਜੈ ਬਿਦ ਗੁਰ ਇਸ ਦਿਨ ਅਸੀਂ ਗੁਰੂ ਉਪਦੇਸ਼ ਨੂੰ ਸੁਣ ਕੇ ਆਪਣੇ ਸਿਰ ਵਿੱਚ ਟਿਕਾ ਕੇ ਗੁਰ ਕੀ ਮੱਤ ਤੋਂ ਲੈ ਆਨੇ ਨੂੰ ਪੂਰਾ ਕਰ ਦਿਆਂਗੇ, ਉਸ ਦਿਨ ਸਾਨੂੰ ਜੀਵਨ ਆ ਜਾਏਗਾ। ਇਹ ਭੁਲੇਖੇ ਜੋ ਸਾਖੀਆਂ ਅਤੇ ਇਤਿਹਾਸ ਰਾਹੀਂ ਅਜੇ ਤੱਕ ਸਾਡੇ ਕੋਲੋਂ ਨਿਕਲ ਨਹੀਂ ਰਹੇ, ਉਹ ਵੀ ਨਿਕਲ ਜਾਣਗੇ ਔਰ ਨਿਕਲਣੇ ਸ਼ੁਰੂ ਹੋ ਗਏ ਨੇ। ਮੈਂ ਹੁਣ ਜਦੋਂ ਦੇਖਣਾ ਤਾਂ ਮੈਂ ਮਹਿਸੂਸ ਕਰਦਾ ਵੀ ਲੋਕ ਜਾਗ ਰਹੇ ਨੇ। ਉਹ ਨਿਰਿਆਕਰਾ ਮਾਤਾ ਦੀਆਂ ਸਾਖੀਆਂ, ਲੋਕ ਉਸ ਤੋਂ ਬਾਹਰ ਨਿਕਲ ਰਹੇ ਨੇ। ਗੁਰਮਤਿ ਸਿਧਾਂਤ ਨੂੰ ਸਮਝਣਾ ਅਤੇ ਉਹਦੇ ਅਨੁਸਾਰ ਜੀਵਨ ਆਸਾਨੀ ਨਾਲ ਜਿਉਣਾ, ਇਹ ਅੱਜ ਦਾ ਕਦਮ ਹੈ। ਗੁਰੂ ਕਿਰਪਾ ਕਰੇ ਸਾਨੂੰ ਜੀਵਨ ਆ ਜਾਏ। ਆਪਾਂ ਸਵੇਰੇ ਇਹ ਦੇਖਣਾ ਹੈ ਵੀ ਅਜੇ ਤੱਕ ਜੇ ਕੁਛ ਲੋਕ ਕਨਫਿਊਜ਼ਨ ਵਿੱਚ ਨੇ ਤਾਂ ਆਖਿਰ ਕਿਉਂ ਨੇ, ਇਹ ਗੱਲ ਦਾ ਜਵਾਬ ਵੀ ਗੁਰਬਾਣੀ ਦੇਗੀ। ਇਹਨਾਂ ਸ਼ਬਦਾਂ ਵਿੱਚ ਖਿਮਾਂ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।